ਸਾਲ ਸਾਹਿਬ ਜੀ ਕਿਸੇ ਟਾਈਮ ਤੇ ਇੱਥੇ ਬਹੁਤ ਜ਼ਿਆਦਾ ਰੌਣਕ ਸੀਗਾ ਤੇ ਹੁਣ ਬਹੁਤ ਹੀ ਘਟ ਗਿਣਤੀ ਚ ਇੱਥੇ ਸਿੰਘ ਸਿੰਘਣੀਆਂ ਮੌਜੂਦ ਨੇ। ਦੋ ਤਿੰਨ ਮਹੀਨੇ ਇੱਥੇ ਪੂਰੀ ਰੌਣਕ ਰਹੀ ਐ। ਹੁਣ ਬਹੁਤ ਜ਼ਿਆਦਾ ਘਟ ਗਈ ਐ। ਤੂੰ ਰੈਗੂਲਰ ਟੀਮ ਇੱਥੋਂ ਮੋਰਚੇ ਤੋਂ ਜਾਇ ਕਰੋਗੀ ਪਿੰਡਾਂ ਦੇ ਵਿੱਚ। ਠੀਕ ਹੈ ਜੀ। ਜਿਹੜੇ ਗੁਰਦੁਆਰੇ ਦੇ ਪ੍ਰਧਾਨ ਨੇ ਉਹਨੂੰ ਲੋਸਮੈਂਟ ਕਰਾਈ ਹੋਈ ਜਾ ਕੇ ਵੀ ਤੁਸੀਂ ਇਕੱਠ ਕਰੋ ਵੀ ਅਸੀਂ ਆ ਰਹੇ ਹਾਂ। ਕਿਸਾਨ ਜਿਹੜਾ ਕਿਸਾਨ ਮੋਰਚਾ ਦਿੱਲੀ ਐ ਉਹ ਚੀਜ਼ ਹੋਰ ਸੀ ਇਹ ਹੋਰ ਐ। ਉੱਥੇ ਬੱਤੀ ਦਿੱਤੀ ਜਥੇਬੰਦੀਆਂ ਲੱਗ ਸੀਗਾਂ ਉੱਥੇ ਪਿੰਡ ਪੱਦਰ ਤੇ ਬਲਾਗ ਪੱਦਰ ਤੇ ਆਪਣੇ ਆਪਣੇ ਲੋਕਾਂ ਨੇ ਜ਼ਿੰਮੇ ਇੱਥੇ ਉਹ ਜਿੱਦੇ ਉਲਟਾ ਬਿਲਕੁਲ ਜੀ ਮੇਨ ਬਾਪੂ ਗੁਰਚਰਨ ਸਿੰਘ ਜਿਹੜਾ ਜਿਵੇਂ ਹਵਾਲੇ ਦੇ ਧਰਮ ਦੇ ਪਿਤਾ ਨੇ ਉਹਾਂ ਦੀ ਕਮਾਂਡ ਹੈ ਨਹੀਂ ਕਿ ਹਣਾ ਉਹ ਵਿਚਾਰੇ ਇਕੱਲੇ ਕਿੱਥੇ ਕਿੱਥੇ ਜਾਣ ਜੇ ਉਹ ਸਟੇਜ ਤੇ ਮੈਂਦੇ ਨੇ ਤਾਂ ਸਟੇਜ ਤੋਂ ਬਾਹਰ ਆ ਕੇ ਕੋਈ ਨੌਜਵਾਨ ਕਿਸੇ ਨੂੰ ਸਵਾਲ ਕਰ ਲਾ ਆ ਜਾਂਦਾ ਕਿ ਉਹਨੂੰ ਗਲਤ ਬੋਲਦਾਗਾ ਉਹ ਕਿੱਥੇ ਕਿੱਥੇ ਜਾਣ ਸੋ ਕਹਿਣ ਦਾ ਮਤਲਬ ਸਾਡੀ ਇਹ ਸ਼ੁਰੂ ਦੇ ਵਿੱਚ ਬਹੁਤ ਵੱਡੀ ਤਾਲਮਿਲ ਕਮੇਟੀ ਦੀ ਘਾਟ ਹੋ ਗਈ। ਅਸੀਂ ਡਟੇ ਹੋਏ ਆ ਅਸੀਂ ਇਹ ਨਹੀਂ ਹੈਗਾ ਵੀ ਹਥਿਆਰ ਛੱਡ ਦੇ। ਤਕਰੀਬਨ ਬੱਚੇ ਤੋਂ ਲੈ ਕੇ ਬਜ਼ੁਰਗਾਂ ਦਾ ਸਭ ਨੂੰ ਪਤਾਗਾ। ਹਣਾ ਉਹ ਤਾਂ ਕਦੇ ਨਾ ਮੋਰਚੇ ਦੇ ਹੱਕ 'ਚ ਬੋਲੇ ਨੇ ਇਹੋ ਨਾ ਹੀ ਬੋਲਣਾ ਉਹਨਾਂ ਨੇ। ਉਹ ਤਾਂ ਜਿਵੇਂ ਉਹਨਾਂ ਨੂੰ ਇਸ਼ਾਰਾ ਉੱਪਰੋਂ ਆਊਗਾ ਬਾਦਲ ਪਰਿਵਾਰ ਦਾ ਉਵੇਂ ਹੀ ਗੱਲ ਕਰਦੇ ਨੇ ਉਹ। ਉਸੇ ਦਾ ਉਹਨੂੰ ਕੋਈ ਜਥੇਦਾਰ ਸਾਡਾ ਦਾ ਜਥੇਦਾਰ ਭਾਈ ਜਤਾਰ ਸਿੰਘ ਹਵਾਲਾ ਜਿਹਨਾਂ ਦੀ ਰਹਿਨੁਮਾਈ ਚ ਇਹ ਮੋਰਚਾ ਲੱਗਿਆਗਾ ਇਹਨੇ ਸਰਕਾਰ ਦੀ ਤਾਂ ਦੇਖੋ ਈਡੀ ਇਹਨਾਂ ਨੇ ਪਹਿਲਾਂ ਸਾਡੇ ਬਹੁਤ ਚੈਨਲ ਇੱਥੇ ਆਉਂਦੇ ਸੀਗੇ ਕਵਰੇਜ ਕਰਨ ਜੀ ਇਹਨਾਂ ਨੇ ਉਹਨੂੰ ਧਮਗਾ ਧਮਗਾ ਕੇ ਵਾਪਸ ਆਪਣਾ ਜਾਣ ਲਈ ਮਜਬੂਰ ਕਰਤਾ ਹੁਣ ਇੱਥੇ ਕੋਈ ਵੀ ਚੈਨਲ ਨਹੀਂ ਆ ਰਿਹਾ